ਵੈਸੇ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ ਜੇਕਰ ਆਪ ਦੇਖੀਏ ਜੀ। ਬਾਕੀ ਤੁਹਾਡੀ ਸਰ ਤੁਸੀਂ ਆਪਣੇ ਦਿਮਾਗ ਨਾਲ ਸੋਚ ਰਹੇ ਹੋ, ਜਿਹੜੀ ਮੈਡੀਕਲ ਟੀਮ ਹੈ, ਡਾਕਟਰਸ ਨੇ, ਉਹ ਤੁਹਾਡੇ ਤੋਂ ਜ਼ਿਆਦਾ ਉਹ ਰੱਖਦੇ ਨੇ। ਹਾਂਜੀ, ਉਹ ਤਾਂ ਦੇਖੋ ਉਹ ਤਾਂ ਆਪਾਂ ਕਹੀ ਜਾਂਦੇ ਹਾਂ ਡਾਕਟਰ ਦਾ ਸੀ ਗੋਣਾ ਜੀ, ਡਾਕਟਰ ਦਾ ਇੱਕ ਰੱਬ ਦਾ ਰੂਪ ਹੁੰਦਾ ਜੀ, ਉਹਨਾਂ ਰੱਬ ਦਾ ਉਹਨਾਂ ਦੀ ਐਡਵਾਈਸ ਦੇ ਮੁਤਾਬਕ ਹੀ ਸਾਨੂੰ ਚੱਲਣਾ ਪੈਂਦਾ। ਪਰ ਉਹਨਾਂ ਦਾ ਅਸੀਂ ਤਾਂ ਚਾਹੁੰਦੇ ਸੀ ਇਹ ਗੱਲ ਹੋਣੀ ਚਾਹੀਦੀ ਸੀ, ਘੱਟੋ ਘੱਟ ਇੱਕ ਚੈਨਲ ਵਾਲਾ ਜਾਂ ਕੋਈ ਵੀ ਇੱਕ, ਚਲੋ ਛੱਡੋ ਜੀ ਚੈਨਲ ਵਾਲਾ ਵੀ ਛੱਡ ਦਿਓ ਜੀ, ਆਮ ਬੰਦਾ ਆਮ ਬੰਦਾ ਇੱਕ ਵੀਡੀਓ ਲੈ ਕੇ ਜਾਂ ਤੁਹਾਡੀ ਆਪਣੇ ਜਿਹੜੇ ਇੱਥੇ ਪ੍ਰਸ਼ਾਸਨ ਹੈ ਉਹ ਇੱਕ ਵੀਡੀਓ ਲੈ ਕੇ ਲੋਕਾਂ ਸਾਹਮਣੇ ਪੇਸ਼ ਕਰ ਸਕਦਾ ਸੀ ਕਿ ਬੱਚਾ ਇੱਦਾਂ ਜਾ ਰਿਹਾ। ਐਡੀ ਕੋਈ ਵੱਡੀ ਗੱਲ ਨਹੀਂ ਸੀ ਸਰ, ਮੈਂ ਇਹ ਕਹਿਣਾ ਚਾਹੁੰਦਾ ਇਨਸਾਨੀਅਤ ਨਾਤੇ ਮੈਂ ਕਹਿਣਾ ਗਰੰਟੀ ਦਿੰਦਾ ਜੀ, ਕੋਈ ਵੀ ਬੰਦਾ ਇੱਥੇ ਆ ਕੇ ਹੋਲੜਬਾਜੀ ਜਾਂ ਧਰਨਾ ਜਾਂ ਰੋਸ ਮੁਜ਼ਾਹਰਾ ਜਾਂ ਗਲਤ ਬੋਲਦਾ ਮੈਂ ਗਰੰਟੀ ਦਿੰਦਾ ਲਿਖ ਕੇ ਇਸ ਗੱਲ ਦੀ। ਹੁਣ ਅਸੀਂ ਇੱਥੇ ਆ ਕੇ ਤੁਹਾਡੇ ਅੱਗੇ ਇੱਕ ਇਨਸਾਨੀਅਤ ਨਾਤੇ ਆਏ ਆ ਜੀ, ਗਰੰਟੀ ਕੋਈ ਕਿਸੇ ਦੀ ਨਹੀਂ ਦੇ ਸਕਦਾ। ਨਹੀਂ ਸਰ, ਇਸ ਗੱਲ ਦੀ ਤਾਂ ਮੈਂ ਗਰੰਟੀ ਦਿੰਦਾ, ਮੈਂ 5 ਦਿਨ ਤੋਂ ਰਿਹਾ ਇੱਥੇ, ਪਬਲਿਕ ਆਉਂਦੀ ਰਹੀ ਹੈ ਦੁੱਖ ਦੇ ਘੜੀ ਦੇ ਵਿੱਚ, ਉਹਦੇ ਵਿੱਚ ਕੋਈ ਕਿਸੇ ਦੀ ਗਰੰਟੀ ਨਹੀਂ ਦੇ ਸਕਦਾ। ਇੱਥੇ ਵੀ ਤੁਸੀਂ ਦੇਖੀਏ ਇਸ ਗੱਲ ਦੀ ਗਰੰਟੀ ਦੇ ਸਕਦਾ, ਸਾਨੂੰ ਸਾਰੇ ਗਰੰਟੀ ਦਿੰਦੇ ਆ, ਪਰ ਜਦੋਂ ਬਾਹਰ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹ ਤਾਂ ਫਿਰ ਕੰਟਰੋਲ ਦਾ ਤਾਂ ਨਹੀਂ ਨਾ ਹੁੰਦੀ ਜਦੋਂ ਜੀ ਹੁਣ ਲੋਕਾਂ ਸਾਹਮਣੇ ਗੱਲ ਨਹੀਂ ਸੀ ਸਰ, ਗੱਲ ਤਾਂ ਇਹ ਆ ਜੀ ਜੇ ਕੰਟਰੋਲ ਤਾਂ ਦੇਖੋ ਜੀ ਹੁਣ ਮੈਂ ਕਹਿ ਰਿਹਾ ਜਿਹੜੀ ਆਪਾਂ ਹੁਣ ਆਪਾਂ ਇੱਕ ਚੀਜ਼ ਆ ਜੀ ਤੁਸੀਂ ਦੇਖੋ ਜਿਹੜੀ ਪਬਲਿਕ ਕੀ ਦੇਖਣਾ ਚਾਹੁੰਦੀ ਸੀ, ਪਬਲਿਕ ਇੱਕ ਅਜਿਹਾ ਸਮਾਂ ਦੇਖਣਾ ਚਾਹੁੰਦੀ ਸੀ ਕਿ ਕੋਈ ਤੁਸੀਂ ਦੁਆ ਕਰੋ ਬੱਚਾ ਠੀਕ, ਪਰਮਾਤਮਾ ਜੀ ਦੇਖੋ ਦੁਆਵਾਂ ਤਾਂ ਜੀ ਸਾਨੂੰ ਤਾਂ ਅੱਜ 7 ਦਿਨ ਹੋ ਗਏ ਸਾਡਾ ਤਾਂ ਦੁਆਵਾਂ ਵੀ ਚੱਲੀ ਜਾਂਦੀਆਂ, ਪਤਾ ਨਹੀਂ ਕਿੰਨਾ ਕੁ ਸਮਾਂ ਇੱਥੇ ਅੱਖਾਂ ਪੱਕੀਆਂ ਪਈਆਂ, ਸਭ ਕੁਝ ਮਤਲਬ ਕੰਮ ਛੱਡਿਆ ਪਿਆ, ਸਿਰ ਦਰਦ ਆ ਹਰ ਇੱਕ ਦਾ, ਕਿਸੇ ਨੂੰ ਕੋਈ ਬਿਮਾਰੀ ਹੈ, ਕੋਈ ਕਿਵੇਂ ਐਂ ਜੂਝ ਰਿਹਾ, ਹਰ ਇੱਕ ਮੰਜੇ 'ਤੇ ਟੇਢਾ ਪਿਆ, ਕੋਈ ਕਿਵੇਂ ਹਰ ਇੱਕ ਦੇ ਚੈਨਲਾਂ ਦੀਆਂ ਅੱਖਾਂ ਜਿਹੜੀਆਂ ਟੀਵੀ 'ਤੇ ਹੈ ਮੋਬਾਈਲ 'ਤੇ ਹੈ ਹਰ ਇੱਕ ਦਾ ਇੱਥੇ ਆ ਦੁਆਵਾਂ 'ਤੇ ਲੱਗਿਆ ਪਿਆ ਸੀ। ਪਰ ਹੁਣ ਅਸੀਂ ਇਹੀ ਚਾਹੁੰਦੇ ਸੀ ਕਿ ਸਾਡੇ ਇਨਸਾਨੀਅਤ ਨਾਤੇ ਲੋਕਾਂ ਦੇ ਵਿੱਚ ਇਹ ਮੈਸੇਜ ਕਿਉਂ ਨਹੀਂ ਦਿੱਤਾ ਜਾਂਦਾ, ਹਰ ਇੱਕ 'ਤੇ ਕਿਤੇ ਵੀ ਇਹ ਗੱਲ ਹੁੰਦੀ ਹੈ ਜਾਂ ਕੋਈ ਕਿੱਥੇ ਵੀ ਕੋਈ ਮੌਤ ਕਿਸੇ ਤਰ੍ਹਾਂ ਦੀ ਵੀ ਮੌਤ ਹੁੰਦੀ ਹੈ, ਇੱਕ ਪ੍ਰਸ਼ਾਸਨ ਇੰਨੀ ਕੁ ਅਣਗਹਿਲੀ ਕਰ ਜਾਂਦਾ ਕਿ ਉੱਥੇ ਮੌਕੇ 'ਤੇ ਸਿਰਫ 1 ਮਿੰਟ ਦੀ ਜੀ, 1 ਮਿੰਟ ਨੂੰ ਵੀ ਛੱਡ ਦਿਓ ਆਪਾਂ, 30 ਸੈਕਿੰਡ ਦੀ ਵੀਡੀਓ ਦੇਣੀ ਹੈ ਬਸ, ਇਸ ਤੋਂ ਜ਼ਿਆਦਾ ਨਹੀਂ ਜੀ। ਹੋ ਸਕਦਾ ਕਿ ਬੱਚੇ ਦੀ ਲਾਈਫ ਲਈ 30 ਸੈਕਿੰਡ ਵੀ ਬੜੇ ਕੀਮਤੀ ਹੋਣ, ਸਮਝਣ ਦੀ ਕੋਸ਼ਿਸ਼ ਕਰੋ। ਉਹ ਗੱਲ ਮੈਂ ਤੁਹਾਡੀ ਸਮਝਦਾ ਜੀ, ਸਮਝਦੇ ਆ ਤਾਂ ਫਿਰ ਇਸ ਗੱਲ ਸਮਝੋ, ਫਿਰ ਵੀ ਇੱਥੇ ਬਣਦਾ ਹੈ। ਚਲੋ ਬੇਟੇ, ਬਾਕੀ ਜੀ ਚਲੋ ਧੰਨਵਾਦ ਤੁਹਾਡਾ ਜੀ, ਅਰਦਾਸ ਕਰੋ ਠੀਕ ਆ, ਨਹੀਂ ਅਰਦਾਸ ਬੇਨਤੀ ਤਾਂ ਜੀ ਵਾਹਿਗੁਰੂ ਬਹੁਤ ਕਰ ਲਈਏ ਜੀ, ਨਹੀਂ ਤਾਂ ਕਰੋੜਾਂ ਇੰਨੇ ਆ ਕਹਿੰਦੇ ਸੀ ਵੀ ਅਸੀਂ ਦੇਖ ਸਕੇ ਇੱਕ ਵਾਰ, ਅਸੀਂ ਤਾਂ ਇਹਨਾਂ ਕੋਲ ਹੁਣੜਬਾਜੀ ਦਾ ਸ਼ੁਰੂ ਕਰ ਵੀ ਕਹਿੰਦੇ ਆ ਹੁਣੜਬਾਜੀ ਦਾ ਮੈਂ